ਸਰਪੰਚੀ ਚੋਣਾਂ ਦਾ ਅਖਾੜਾ ਭਖਿਆ ਹੋਇਆ ਸੀ। ਸਾਰੇ ਉਮੀਦਵਾਰ ਆਪਣੀ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਮੈਦਾਨ ਵਿੱਚ ਉਤਰੇ ਸਨ। ਉੱਥੇ ਹੀ ਬੜੇ ਸੂਝਵਾਨ ਪੜ੍ਹੇ ਲਿਖੇ ਬੀਬੀ ਰਜਿੰਦਰ ਕੌਰ ਮੈਦਾਨ ਵਿੱਚ ਉਤਰੇ, ਜਿਨ੍ਹਾਂ ਨੂੰ ਪਿੰਡ ਦੇ ਸਹਿਯੋਗ ਤੇ ਵੋਟ ਨੇ ਆਪਣਾ ਸਰਪੰਚ ਚੁਣ ਲਿਆ ਗਿਆ। ਪਿੰਡ ਧੌਲਾ ਦੇ ਲੋਕਾਂ ਵੱਲੋਂ ਬੀਬੀ ਰਜਿੰਦਰ ਕੌਰ ਨੂੰ ਆਪਣਾ ਸਰਪੰਚ ਚੁਣ ਲਿਆ ਗਿਆ। ਉੱਥੇ ਹੀ ਪੂਰੇ ਪਿੰਡ ਵਿੱਚ ਰਜਿੰਦਰ ਕੌਰ ਦੇ ਸਰਪੰਚ ਬਣਨ ਨਾਲ ਖੁਸ਼ੀ ਹੈ। ਲੋਕਾਂ ਵੱਲੋਂ ਉਹਨਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਆਪਣੇ ਪਿੰਡ ਦੇ ਸਰਪੰਚ ਦੇ ਰੂਪ ਵਿੱਚ ਦੇਖਿਆ ਗਿਆ। ਬੀਬੀ ਰਜਿੰਦਰ ਕੌਰ ਵੱਲੋਂ ਖੁਸ਼ੀ ਪ੍ਰਗਟ ਕਰਦੇ ਕਿਹਾ ਗਿਆ ਕਿ ਮੈਂ ਧੰਨਵਾਦ ਕਰਦੀ ਹਾਂ ਪਿੰਡ ਵਾਸੀਆਂ ਦਾ, ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ। ਮੈਂ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਕੇ ਪਿੰਡ ਵਾਲਿਆਂ ਨੂੰ ਕਿਸੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ। ਸਰਪੰਚ ਬਣੇ ਹੋ ਹੁਣ, ਲੋਕਾਂ ਦੀ ਸੇਵਾ ਵਾਲੇ ਹੁਣ, ਤੁਹਾਡਾ 5 ਸਾਲ ਤੁਹਾਡਾ ਪਿੰਡ ਨਗਰ ਵਾਸੀਆਂ ਦੀ ਸੇਵਾ ਕਰਨਾ ਹੈ, ਤੇ ਤੁਹਾਡਾ ਹੁਣ ਪਹਿਲਾ ਮੋਟਿਵ ਕੀ ਹੋਊਗਾ ਜਿਹੜਾ ਤੁਸੀਂ ਪਹਿਲ ਦਾ ਕੰਮ ਕਰਨਾ? ਸਾਰੇ ਤੋਂ ਪਹਿਲਾਂ ਤਾਂ ਜੀ ਮੈਂ ਆਪਣੇ ਨਗਰ ਨਿਵਾਸੀਆਂ ਦਾ ਜੀ ਤਹਿ ਦਿਲੋਂ ਸਤਿਕਾਰ ਕਰਦੀ ਹਾਂ, ਜਿਨ੍ਹਾਂ ਨੇ 15 ਦਿਨਾਂ ਤੋਂ ਲੈ ਕੇ ਮੇਰਾ ਪੂਰਨ ਸਹਿਯੋਗ ਦਿੱਤਾ ਜੀ ਤੇ ਆਪਣੀ ਕੀਮਤੀ ਵੋਟ ਪਾ ਕੇ ਮੈਨੂੰ ਇਸ ਸਰਪੰਚ ਦੀ ਸਿਲੈਕਸ਼ਨ ਕੀਤੀ। ਇਹਨਾਂ ਨੇ ਮੈਨੂੰ ਯੋਗ ਸਮਝਿਆ, ਕਾਬਲ ਸਮਝਿਆ ਜੀ, ਤੇ ਬਸ ਅੱਗੇ ਤੋਂ ਤਾਂ ਮੈਂ ਇਹੀ ਕਰਦੀ ਹਾਂ ਵੀ ਮੈਂ ਇਹਨਾਂ ਨੇ ਜਿੱਥੇ ਵੀ ਮੈਨੂੰ ਇਹ ਮੌਕਾ ਦੇਣਗੇ ਜੀ, ਇਹਦੇ ਨਾਲ ਮੈਂ ਪੂਰਨ ਤੋਂ ਪੂਰਨ ਸਹਿਯੋਗ ਦੇਵਾਂਗੀ ਤਹਿ ਦਿਲੋਂ ਇਹਨਾਂ ਦੀ ਕਾਮਯਾਬੀ ਦੇ ਲਈ, ਆਪਣੇ ਪਿੰਡ ਦੀ ਕਾਮਯਾਬੀ ਦੇ ਲਈ ਰੋਲ ਅਦਾ ਕਰਾਂਗੀ ਜੀ। ਮੇਨ ਤੁਸੀਂ ਅਹਿਮ ਰੋਲ ਕਿਹਦਾ ਮੰਨਦੇ ਹੋ? ਉਮੀਦ ਅਸੀਂ ਇਹ ਰੱਖਾਂਗੇ, ਪੜ੍ਹੇ ਲਿਖੇ ਬੰਦੇ ਨੇ, ਉਹ ਜਿਹੜਾ ਪਿੰਡ ਦਾ ਵਿਕਾਸ ਹੈ ਉਹ ਪੂਰੇ ਫੁਰਜ ਉਹਨਾਂ ਦਾ ਕਰਾਵਾਂਗੇ। ਹਾਂ, ਅਸੀਂ ਖੁਦ ਕਰਾਵਾਂਗੇ, ਜਿਹੜੇ ਵਿਕਾਸ ਰਹਿ ਗਏ, ਕੋਈ ਐਂਬੂਲੈਂਸ ਆ ਗਈ ਜਾਂ ਕੋਈ ਪਿੰਡ ਦਾ ਆਰੋ ਆ ਗਿਆ, ਜੋ ਵੀ ਪਿੰਡ ਦੇ ਸਹੂਲਤਾਂ ਨੇ ਉਹ ਪੂਰੇ ਫੁਰਜ ਉਹਨਾਂ ਦਾ ਅਸੀਂ ਕਰਾਵਾਂਗੇ। ਪੂਰੇ ਵਧੇ ਚ ਤੂੰ ਜਿੱਤੇ, ਜਿਹੜੇ ਸਾਡਾ ਪਿੰਡ ਦਾ ਗਵਾਰਡ ਸੀਗਾ, ਅਸੀਂ ਇੱਕ ਬੋਰੀ ਲੰਘੇ, ਬੋਰੀ ਲੰਘ ਕੇ ਅਸੀਂ ਰਜਿੰਦਰ ਕੌਰ ਨੂੰ ਜਿਤਾਇਆ, ਨਾ ਨਹੀਂ ਦੇਣੀ ਤੇ ਅਸੀਂ ਨਾ ਨਾ ਜਾਂ ਦਿੱਤੀ ਹੈ ਨਾ ਹੀ ਜਾਣ ਦੇਵਾਂਗੇ ਪੂਰਾ। ਅੱਜ ਖੁੱਲੇ ਛੁੱਟੀ ਹੋਣਗੀਆਂ, ਕੁਛ ਵੀ ਹੋਰ।